ਜੀ ਵਧੀਆ ਆ। ਤੁਸੀਂ ਸੁਣਾਓ ਆਪਣਾ, ਘਰੇ ਠੀਕ ਠਾਕ ਏਦਾਂ ਦਾ ਹੀ ਆ, ਤੁਹਾਨੂੰ ਪਤਾ ਹੀ ਆ ਇੱਥੇ ਠੀਕ ਠਾਕ ਕਿੱਦਾਂ ਦਾ ਹੁੰਦਾ ਵਾ, ਇੱਥੇ ਕਦੇ ਠੀਕ ਹੋਣ ਹੀ ਨਹੀਂ ਦਿੱਤਾ ਕਿ ਗੱਲ ਕੀ ਹੋਣੀ ਆ। ਆ ਤੁਹਾਡੀ ਭੈਣ ਆਈ ਆ ਕੱਲ ਦੀ, ਲੜ ਲੁੜ ਕੇ ਉਹਦੇ ਸਾਬੀ ਨੇ ਗੁੱਟਿਆ ਕੱਟਿਆ ਵਾ, ਗੱਲੋਂ ਕਿਹੜੀ ਓਕੇ, ਵੱਡੇ ਵੱਡੇ ਫਾਹ ਲੈਣੇ ਆ ਤੇ ਫਿਰ ਅਗਲਿਆਂ ਨੇ ਕਹਿਣਾ ਹੀ ਆ। ਬੁਲਟ ਲਿਆ ਵਾ, ਉਹਦੀਆਂ ਕਿਸਤਾਂ ਨਹੀਂ ਲੱਥੀਆਂ ਹਜੇ ਵੀ, ਤੁਸੀਂ ਪਹਿਲਾਂ ਉਹਦੀਆਂ ਕਿਸਤਾਂ ਲਾ ਲਓ, ਉਹਦੀਆਂ ਕਿਸਤਾਂ ਸਿਰ ਖੜੀਆਂ ਵਾ, ਤੇ ਏਸੀ ਲਵਾ ਲਿਆ ਵਾ, ਏਸੀ ਦੀਆਂ ਕਿਸਤਾਂ, ਹੁਣ ਏਸੀ ਲਵਾਇਆ ਬਿੱਲ ਤੇ ਆਉਣਾ ਹੀ ਆਉਣਾ ਵਾ, ਉੱਤੋਂ ਏਸੀ ਦੀਆਂ ਕਿਸਤਾਂ, ਬੁਲਟ ਦੀਆਂ ਕਿਸਤਾਂ, ਉੱਤੋਂ ਏਸੀ ਦਾ ਬਿੱਲ ਆ ਗਿਆ 5-6 ਹਜ਼ਾਰ ਰੁਪਈਆ। ਤੇ ਅਗਲਿਆਂ ਨੇ ਕਿਹਾ ਵੀ ਜਾ ਪਿੱਛੋਂ ਪੈਸੇ ਲੈ ਗਿਆ, ਇਹਨੇ ਕਿਤੇ ਕਿਹਾ ਵੀ ਮੈਂ ਨਹੀਂ ਲੈ ਕੇ ਆਉਣੇ, ਇਸੇ ਕੋਲੋਂ ਉਹਨੇ ਕੁੱਟ ਕੁੱਟ ਕੇ ਭਜਾਇਆ ਵਾ ਗੇ। ਹੁਣ ਕੱਲ੍ਹ ਦੀ ਆਈ ਆ, ਉਹਦੇ ਮੰਮੀ ਕੋਲ ਬੈਠੀ ਬਾਹਰ, ਦਹੀਂ ਸੁੱਟ ਕੇ ਲਾਉਣ। ਹੁਣ ਸਾਨੂੰ ਵੀ ਪਤਾ ਪਹਿਲਾਂ ਇੱਥੋਂ ਲਿਜਾਂਦੀ, ਇਹਨਾਂ ਨੂੰ ਲਿਜਾ ਲਿਜਾ ਕੇ ਭੂਏ ਚੜ੍ਹ ਲਿਆ ਵਾ, ਤੋ ਅਗਲੇ ਭੂਏ ਚੜ੍ਹ ਗਿਆ ਕਿ ਹੁਣ ਜਦੋਂ ਕੋਈ ਮਾੜੀ ਮੋਟੀ ਗੱਲ ਹੁੰਦੀ ਆ, ਕੋਈ ਵੀ ਲੋੜ ਪੈਂਦੀ ਆ, ਅਗਲੇ ਨੂੰ ਭਜਾਉਂਦੇ ਆ। ਆਹੋ ਉਹਨੂੰ ਤਾਂ ਇੱਥੇ ਮੂੰਹ ਪੜ ਪੜ ਕੇ ਚੀਜ਼ ਲੈ ਕੇ ਜਾਂਦੀ ਆ, ਹੁਣ ਨਜਿੱਠੇ ਕਹਿੰਦੇ ਉਹਨੇ ਮੂੰਹ, ਪਹਿਲਾਂ ਉਹਨਾਂ ਦਾ ਮੂੰਹ ਨਾ ਪਾਉਂਦੀ, ਹੁਣ ਉਹਨਾਂ ਦਾ ਮੂੰਹ ਪੈ ਗਿਆ ਵਾ, ਹੁਣ ਇਹਦੇ ਨਾਲ ਇੱਦਾਂ ਹੀ ਖੜਕ ਮੱਸਿਆ ਹੋਇਆ ਕਰਨੀ ਆ। ਹੁਣ ਕਿੰਨੀ ਕੁ ਵਾਰੀ ਇਹਦੀ ਸੁਲਾ ਸਫਾਈ ਕਰਕੇ ਨੂੰ ਭੇਜਿਆ ਕਰਾਂਗੇ, ਹਜੇ ਤੇ ਉਦੋਂ ਆਈ ਸੀ ਤੇ ਉਦੋਂ ਭੇਜੀ ਸੀ। ਆਹੋ ਕਿ ਹੁਣ ਇੱਥੇ ਇੱਦਾਂ ਦਾ ਹੀ ਕੰਮ ਰਹਿਣਾ ਵਾ। ਚਲੋ ਠੀਕ ਆ ਫਿਰ, ਚੰਗਾ ਦੱਸਿਆ, ਹੁਣ ਆਪਣੀ ਮੰਮੀ ਨੂੰ ਪੁੱਛਣਗੇ ਤਾਂ ਹੈ ਹੀ ਨਾ ਕੀ ਗੱਲ ਆ, ਇਹ ਵੀ ਤੁਹਾਨੂੰ ਬਾਹਰ ਬੈਠਿਆਂ ਨੂੰ ਕੀ ਪਤਾ ਵੀ ਇੱਥੇ ਕੀ ਬਣਦਾ ਕੀ ਨਹੀਂ ਬਣਦਾ, ਨਾ ਤੁਸੀਂ ਕਦੇ ਪੁੱਛਣਾ ਹੀ ਆ ਆਪੇ, ਨਾਲੇ ਮੰਮੀ ਜਵਾਬ ਦਊਗੀ ਇਹਨੂੰ ਵੀ, ਨਾਲੇ ਮੰਮੀ ਨੂੰ ਵੀ ਪਤਾ ਲੱਗੂ ਤੇ ਨਾਲੇ ਸੁੱਖ ਨੂੰ ਵੀ ਪਤਾ ਲੱਗੂਗਾ। ਦੱਸ ਆ ਗਈ ਮੂੰਹ ਚੱਕ ਕੇ, ਹੁਣ ਵੀ ਤੂੰ ਉੱਥੇ ਉਹਨਾਂ ਨੂੰ ਕਹਿ ਵੀ ਮੈਂ ਕੋਈ ਪੈਸੇ ਲਿਆ ਕੰਮ ਕਰ ਤੇ ਲਾ ਕਿਸ਼ਤਾ, ਔਰ ਉਹ ਤੇਰੀ ਵੀ ਏਸੀ ਬਿਨਾਂ ਜਾਣ ਨਿਕਲਦੀ ਜਾਂਦੀ ਵੀ, ਏਸੀ ਲੱਗ ਜੇ ਏਸੀ ਲੱਗ ਜੇ, ਹੁਣ ਲੈ ਠੰਡੀ ਹਵਾ, ਇਕੱਲੀ ਠੰਡੀ ਹਵਾ ਤਾਂ ਨਹੀਂ ਨਾ ਦੇਣੀ, ਐਡਾ ਲੰਬਾ ਬਿੱਲ ਵੀ ਆਉਣਾ ਵਾ ਵੀ ਉਹ ਕੇ ਹੋਰ ਨਿਤਾਰਨਾ। ਮੈਨੂੰ ਤਾਂ ਸਮਝ ਨਹੀਂ ਆਉਣ ਡਈ ਵੀ ਹੁਣ ਅੱਗੇ ਕੀ ਕਰਨਾ ਜੀ, ਕੀ ਕਰਾਂ ਹੁਣ ਮੈਂ ਅੱਗੇ ਕਰਨਾ ਪੁੱਤ ਕੀ ਆ, ਹੁਣ ਤੂੰ ਵਿਆਹ ਚੁੱਪ ਕਰਕੇ ਤੇ ਜਦੋਂ ਕੋਈ ਆਉਂਦਾ ਤੇ ਫਿਰ ਇਹਨੂੰ ਦੱਸਣੀ ਜਿਲਾ ਮਤ ਕੀ ਕਰਨਾ, ਤੇ ਮੰਮੀ ਇਦਾਂ ਚੁੱਪ ਕੀਤੇ ਕੋਈ ਗੱਲ ਦਾ ਹੱਲ ਨਿਕਲ ਜਾਊਗਾ, ਪਹਿਲੀ ਤੇ ਗੱਲ ਤੂੰ ਪੁੱਤ ਆਉਣਾ ਹੀ ਨਹੀਂ ਸੀ, ਫੰਡ ਪਾਉਂਗੀ ਤੇ ਜੇ ਬਹੁਤੇ ਤਾਂ ਚੜੇਗੀ ਤੇ ਫਿਰ ਦਿੰਦੀ ਆ ਪੁਲਿਸ ਨੂੰ ਰਿਪੋਰਟ, ਤੇ ਫਿਰ ਚੁਕਾਉਣੀ ਇਹਨੂੰ ਕੀ ਕਰਨਾ, ਰਹਿਣ ਦੇ ਮੰਮੀ ਪੁਲਿਸ ਨੂੰ ਕੀ ਕਰਨਾ, ਪਰਚਾ ਦੇਣਾ ਮੈਂ ਪੁਲਿਸ ਵਿੱਚ ਕਿਉਂ ਇਨਵੋਲਵ ਕਰਨੀ ਜੀ, ਤੇ ਫਿਰ ਆਰਤੀ ਤਾਰਨੀ ਦੱਸ ਦੇ ਤੂੰ ਫੋਟੀ ਕਰਨੀ ਆ ਕੀ ਕਰਨਾ ਮੈਂ ਦੱਸਣਾ, ਮੈਨੂੰ ਨਹੀਂ ਪਤਾ ਵੇਖੋ ਤੁਸੀਂ ਕੀ ਕਰਨਾ, ਉਹ ਆਣ ਕੇ ਇੱਥੇ ਮੁੱਚ ਮੁੱਚ ਕਰ ਲੈਂਦੇ ਆ, ਮੁੱਚ ਮੁੱਚ ਕਰਨ ਦੀ ਲੋੜ ਕੋਈ ਨਹੀਂ, ਹੁਣ ਕੋਈ ਨਹੀਂ ਚਾਦਨਾ ਤੋਰਾਂਗੇ, ਉਹ ਇੱਥੇ ਆਣ ਕੇ ਮੀਨੇ ਦੇ ਭੰਜ ਤੇ ਤੁਸੀਂ ਸਮਝ ਲੈਂਦੇ ਉਹ ਸੱਚੇ ਆ ਤੇ ਮੈਂ ਝੂਠੀ ਆ, ਕੋਈ ਨਹੀਂ ਦਾਜ ਦਾ ਪਾਵਾਂਗੀ ਪਰਚਾ, ਫਿਰ ਇਦਾਂ ਹੀ ਹੋਣਾ, ਫਿਰ ਇਦਾਂ ਕਰਾਂਗੇ ਦਾਜ ਦਾ ਪਰਚਾ ਪਾਵਾਂਗੀ, ਦਊਂਗੀ ਐਸਐਸਪੀ ਦੀ ਦਰਖਾਸਤ, ਜਦੋਂ ਮੰਮੀ ਅੱਗੇ ਮੈਂ ਆਇਆ ਸੀ ਉਦੋਂ ਮੈਨੂੰ ਇਹਨਾਂ ਨੇ ਕੁੱਟ ਕੇ ਕੱਢਿਆ, ਤੁਹਾਨੂੰ ਮੈਂ ਉਦੋਂ ਵੀ ਕਿਹਾ ਸੀ ਮੰਮੀ ਮੈਂ ਨਹੀਂ ਜਾਣਾ, ਉਦੋਂ ਮੈਂ ਤੁਸੀਂ ਪੋਚੇ ਪਾ ਕੇ ਨਹੀਂ ਹੁਣ ਕਰਦੇ ਹੁਣ ਨਹੀਂ ਕਰਦੇ, ਹੁਣ ਮੈਂ ਸਮਝਾਤਾ ਚੰਗੀ ਤਰ੍ਹਾਂ ਕੰਨ ਖਿੱਚੇ, ਉਦੋਂ ਵੀ ਮੈਨੂੰ ਤੁਸੀਂ ਜਾਣ ਕੇ ਘੱਲਿਆ, ਜਿੰਨੀ ਇਹਦੀ ਬਾਪ ਕਰਤੀ ਸੀ ਨਾ ਉਦੋਂ ਮੈਂ, ਜੇ ਬੰਦੇ ਦੀ ਧੀ ਹੁੰਦੀ ਤਾਂ ਗਾੜੀ ਕੰਨ ਚ ਪਾਈ ਨਾ ਰੱਖਦੀ, ਉਹ ਅਗਲੀ ਮੰਮੀ ਪਤਾ ਨਹੀਂ ਏਡੀ ਤੇਜ਼ ਹੀ ਉਹ, ਤੁਸੀਂ ਮੇਰੀ ਸੱਸ ਪਤਾ ਨਹੀਂ ਕਿੱਥੋਂ ਲੱਭ ਛੜੀ, ਲੈ ਵੀ ਜਦੋਂ ਤੇ ਉਹਨੂੰ ਮੰਮੀ ਮੇਰੇ ਨਾਲ ਮਤਲਬ ਹੋਊਗਾ, ਇੰਨੀ ਮਿੱਠੀ ਹੱਦ ਤੋਂ ਹੀ ਵੱਧ,
ਇਹਨਾਂ ਦੇ ਸ਼ਹਿਦ ਵੀ ਨਹੀਂ ਮਿੱਠਾ ਹੋਣਾ ਜਿੰਨੀ ਉਹ ਮਿੱਠੀ ਹੋ ਜਾਂਦੀ ਹੈ। ਕੋਈ ਗੱਲ ਨਹੀਂ, ਵੇਖਦੇ ਆ ਵੀ ਕਰਨੀ ਕੀ ਹੈ, ਫਿਰ ਦਾਜ ਦਾ ਪਾਵਾਂਗੀ ਪਰਚਾ ਤੇ ਫਿਰ ਸਾਰੀ ਜ਼ਿੰਦਗੀ ਕੱਢੇਗੀ ਫਿਰ ਲੀਕਾਂ। ਜਦੋਂ ਨਿਕਲ ਜਾਂਦੇ ਮਤਲਬ ਹੁਣ ਮੈਂ ਦਿੱਤਾ ਸੀ ਜਵਾਬ ਵੀ ਮੈਂ ਨਹੀਂ ਲਿਆਉਣੇ ਪੇਕਿਆਂ ਤੋਂ ਪੈਸੇ, ਨਹੀਂ ਆ ਕਰਨਾ ਤੇ ਮੰਮੀ ਫਿਰ ਮੇਰੇ ਦੁਆਲੇ ਉਲਟ ਹੋ ਗਈ। ਨਹੀਂ ਪੇਕਿਆਂ ਤੋਂ ਪੈਸੇ ਕਿੱਥੋਂ ਲੈਣੇ, ਤੇ ਸਟੇਟ ਬੈਂਕ ਆ ਜਿਹਦੇ ਚੈੱਕ ਕੱਟ ਕੱਟ ਇਹਨੂੰ ਮੈਂ ਦੇਣੇ ਆ। ਉਹਨਾਂ ਦੇ ਮੂੰਹ ਖੁੱਲ ਗਏ ਹੈਗੇ, ਹੋਰ ਕੀ, ਇੱਕ ਅੱਧੀ ਮੇਰੀ ਦੇ ਤੇ ਉਦੋਂ ਜਦੋਂ ਇਹਨਾਂ ਦਾ ਰੈਂਟਰ ਅੜਿਆ ਉਦੋਂ ਨਾ ਤੁਸੀਂ ਇਹਨਾਂ ਨੂੰ 100,000 ਰੁਪਇਆ ਦਿੰਦੇ ਤੇ ਪਤਾ ਲੱਗ ਜਾਣਾ ਸੀ ਇਹਨਾਂ ਨੂੰ। ਅਸੀਂ ਤੇ ਦਿੱਤੇ ਵੀ ਚੱਲ ਤੇਰੇ ਮੂੰਹ ਦਿੱਤੇ ਸੀ ਵੀ ਕੋਈ ਗੱਲ ਨੀ, ਚੱਲ ਧੀ ਪੁੱਤ ਨੂੰ ਦਈ ਦੀ ਆ, ਫਿਰ ਕੀ ਹੋ ਗਿਆ ਦੇ ਤੇ ਉਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ। ਸਾਨੂੰ ਕੀ ਪਤਾ ਵੀ ਭੁੱਖੇ ਅੰਤਰੇ, ਉਹਨਾਂ ਨੂੰ ਤੇ ਆਦਤ ਪੈ ਗਈ ਵੀ ਲਈ ਆਉਂਦੀ ਆ ਤੇ ਮੁੰਡੇ ਨੂੰ ਨਾ ਉਹ ਜੀ ਮਾਂ ਹੀ ਉਹ ਕੰਮ ਤੇ ਵੀ ਨੀ ਭੇਜਦੀ, ਕੋਈ ਬਹਾਨਾ ਲੱਭ ਲੈਂਦੀ ਅੱਜ ਤੂੰ ਰਹਿ ਭਾ ਇੱਦਾਂ ਕਰ ਲਾ ਉੱਦਾਂ ਕਰ ਲਾ ਤੇ ਪੈਸਿਆਂ ਵਾਰੀ ਇਹ ਸੁੱਖ ਪੇਕਿਆਂ ਨੂੰ ਫੋਨ ਕਰਦੇ ਨਹੀਂ ਦਿੰਨੀ ਹੁਣ ਪੈਸੇ ਆਤਮ ਕਿਆ ਕੀ ਕੱਟ ਕੇ ਦਿੰਨੀ ਆ ਕੋਈ। ਉਦੋਂ ਜਿੱਦਣ ਮੰਮੀ ਨੇ ਗੰਭੀਰ ਵੀਰ 5,000 ਰੁਪਇਆ ਦੇ ਕੇ ਆਇਆ ਵਾ, ਹੋਰ ਕੋਈ ਜਨਾਨੀ ਹੁੰਦੀ ਡੁੱਬ ਕੇ ਮਰ ਜਾਂਦੀ, ਜਿੰਨੀਆਂ ਉਹਨੇ ਗੱਲਾਂ ਕੀਤੀਆਂ ਲੈ ਵੀ ਮੰਮੀ ਉਹਨੂੰ ਤਾਂ ਵੀ ਲੱਥੇ ਚੜੀ ਯਾਦ ਨੀ, ਥੋੜੇ ਦਿਨ ਨਿਕਲੇ ਤੇ ਹੁਣ ਬਿੱਲ ਆ ਗਿਆ ਸੀ ਇਹੋ ਜਿਹੀ ਬਿੱਲ ਵਾਸਤੇ ਪੈਸੇ ਮੰਗਣਾ, ਕੋਈ ਜਨਾਨੀ ਆ ਫਿਰ ਤੇ ਫਿਰ ਉਸੇ 5,000 ਨੇ ਹੁਣ ਇਹਨੂੰ ਥੱਲੇ ਲਾਉਣਾ ਨਾ ਇਹਨੂੰ ਫਿਰ। ਤੁਸੀਂ ਵੀ ਮੰਮੀ ਏਦਾਂ ਲੱਭਣ ਲੱਗਿਆ ਨੇ ਨਾ, ਮੇਰਾ ਸੋਚਿਆ ਹੀ ਕੁਛ ਨੀ, ਕਿਉਂਕਿ ਖਾਨਦਾਨ ਹੀ ਚੰਗਾ ਵੇਖ ਲਓ। ਭੈਣਾ ਖਾਨਦਾਨ ਕਿਹੜਾ ਆਰਡਰ ਤੇ ਬਣਾਉਣਾ ਹੈ, ਵਿਚੋਲੇ ਦੱਸ ਬਾਈ ਚੰਗਾ ਲੱਗਾ ਰਿਸ਼ਤਾ ਕਰਤਾ। ਪੁੱਛ ਪੜਤਾਲ ਦੀ ਇਹਨੇ ਚੰਗੀ ਤਰ੍ਹਾਂ ਕੀਤੀ ਵੀ ਕਿੱਦਾਂ ਦੇ ਸੁਭਾਅ ਇਹ ਜੀ ਆਉਂਦੇ ਆ ਮਾਂ ਪੁੱਤ ਧੀਆਂ ਨੂੰ ਲੱਭ ਕੇ ਦੇਣ, ਧੀਆਂ ਖੁਸ਼ ਰਹਿੰਦੀਆਂ, ਕੀ ਖੁਸ਼ ਰਹਿਣ ਲਈ 2-3 ਸਾਲ ਮੇਰੇ ਵਿਆਹ ਨੂੰ ਗਏ ਹੀ ਅੰਤਰਾ ਕੁੱਤ ਕਲੇਸ਼ ਉੱਥੇ ਰਹਿੰਦਾ, ਮੈਂ ਤੇ ਉੱਥੇ ਕੋਈ ਦਿਨ ਸੁੱਖ ਦਾ ਕੱਟਿਆ ਨੀ। ਚੱਲ ਵੇਖਨੇ ਆ ਹੁਣ ਕੀ ਬਣਦਾ, ਫਿਰ ਹੁਣ ਕੱਟ ਲੈਂਗੇ। ਨੀ ਰੋਟੀ ਖਾਈ ਜਾਂਦੇ ਆ? ਆਹੋ ਹਾਂ ਖਾਂਦੇ, ਕੋਈ ਭਾਂਡਾ ਚੱਜਦਾ ਲੈ ਲੈ ਕੇ ਤੂੰ ਬੰਦੋ ਕੋਲੀ ਤੇ ਸਬਜ਼ੀ ਪਾ ਲੈ, ਕੀ ਗੱਲ ਤੇ ਜੋ ਰਹਿ ਕਰ ਛੱਡਦੇ ਆ, ਇੰਨੀ ਥਾਲੀ ਲਈ ਰੋਟੀਆਂ ਮੈਂ ਹੱਥ ਤੇ ਰਾ ਲਈਆਂ ਸੀ, ਥਾਲੀ 'ਚ ਮੈਂ ਸਬਜ਼ੀ ਪਾ ਲਈ ਆ, ਸਬਜ਼ੀ ਨਾਲੇ ਗਰਮ ਬੜੀ ਸੀ, ਨਾਲੇ ਮੈਂ ਪਾਇਆ ਘਿਓ, ਨਾਲੇ ਛੇਤੀ ਠੰਡੀ ਹੋ ਗਈ, ਨਾਲੇ ਮਿੰਟ ਮਿੰਟੀ ਰੋਟੀ ਖਾ ਲਈ, ਨਾਲੇ ਭਾਂਡੇ ਘੱਟ ਵੀ ਬੁੜਦੇ ਆ। ਤੂੰ ਪਾਇਆ ਤਗੜੇ ਹੁੰਦੇ ਆ ਸੁੱਖ ਨਾਲ ਲੜਾਈ ਕਰਨ ਨੂੰ। ਆਹੋ ਆਹੋ ਮਾਂ ਬੜਾ ਝਟਕਾ ਹੁਣ ਉਹਨੇ ਆ ਵੀ ਗਈ ਆ, ਪਰ ਹੁਣ ਉਹ ਵੀ ਦੁਖੀ ਹੈ ਵਿਚਾਰੀ, ਹੁਣ ਉਹ ਵੀ ਕੀ ਕਰੇ, ਹੁਣ ਉਹਨਾਂ ਦੇ ਕੰਮ ਨਹੀਂ ਨਾ ਚੰਗੇ ਹੈ। ਤੂੰ ਠੀਕ ਹੈਗੀ ਆ, ਆਪਣੇ ਪਤਾ ਵੀ ਹੁਣ ਪੁੱਤ ਖਾਂਦੀ ਆ, ਜਦੋਂ ਮੈਂ ਕਹਿੰਦੀ ਹੁੰਦੀ ਸੀ ਉਹ ਵੀ ਮੈਨੂੰ ਉੱਡ ਉੱਡ ਪੈਂਦੀ, ਤੁਸੀਂ ਵੀ ਕਹਿੰਦੇ ਨਾਲ ਚੁੱਪ ਕਰ, ਹੁਣ ਇਹਨੇ ਪਾ ਲਿਆ ਉਹਨਾਂ ਨੂੰ ਮੂੰਹ, ਹੁਣ ਤਗੜਿਆਂ ਨੇ ਤੋਰਨਾ ਹੀ ਤੋਰਨਾ, ਕਦੀ 5 ਲਾਇਆ ਕਦੀ 10 ਲਾਇਆ, ਚੋਰੀ ਛੱਪੀ ਮੰਮੀ ਬੜੀਆਂ ਚੋਰੀਆਂ ਕਰਦੀ, ਹੁਣ ਸਾਰੀਆਂ ਗੁੱਜੀਆਂ ਨਿਕਲ ਲਈਆਂ ਹਨ। ਪਤਾ ਕੀ ਜਿਹੜਾ ਚੋਰੀ ਛੱਪੀ ਦਿੱਤੇ ਉਹ ਤਾਂ ਦਿੱਤੇ ਆਪਾਂ ਭੁੱਲੇ ਨਹੀਂ, ਪਰ ਜਿਹੜੇ ਹੁਣ ਸ਼ਰੇਆਮ ਜਾਣ ਡੇ ਆ ਉਹਨਾਂ ਦਾ ਮੂੰਹ ਬੜਾ ਛੇਤੀ ਪੈ ਗਿਆ। ਪਾ ਕੀ ਪਿਆਰੀ, ਪਹਿਲਾਂ ਇੱਕ ਚੀਜ਼ ਫਰੀ ਕਰ ਲਓ ਫਿਰ ਦੂਜੀ ਲੈ ਲਓ, ਹੁਣ ਇਹ ਚੀਜ਼ ਲੈ ਲਿਆ ਹਵਾ ਲਿਆ ਵੀ ਇਹਨਾਂ ਦਾ ਕੰਮ ਨਹੀਂ ਆ, ਜਿਹੜੇ ਬਿੱਲ ਉਹਨੇ ਵੀ ਉਤਾਰਨੇ ਆ। ਰਾਜਵਿੰਦਰ 4 ਦਿਨ ਇੱਥੇ ਰਹਿ ਕੇ ਗਈ, ਜੀ ਤੇ ਕਰਦਾ ਹੀ ਇਹ ਚੀਜ਼ਾਂ ਵਰਤਣ ਨੂੰ, ਏਦਾਂ ਹੀ ਆ ਰੀਸੋ ਰੀਸੀ, ਹੁਣ ਜ਼ਿਆਦਾ ਲੋਕੀ ਚੀਜ਼ਾਂ ਲਿਆਉਣ ਲੈ ਪਏ ਆ, ਅੱਗੇ ਗੱਲ ਹੋਰ ਹੀ, ਅੱਗੇ ਆਪਣਾ ਲੋਕੀ ਸੁੱਖ ਵੇਂਦੇ ਸੀ, ਆਹ ਜਿਹੜੀਆਂ ਰੀਸਾਂ ਲੋਕੀ ਕਰਦੇ ਨਾ ਇਹ ਹੀ ਥੱਲੇ ਲਾਈ ਜਾਂਦੀਆਂ ਲੋਕਾਂ ਨੂੰ, ਖੋਖਾ ਤੋਰ ਇਹੋ ਤੇ ਕਹਿਣ ਡੀ, ਖੋਕੇ ਤੋਰ ਸੀ ਦੁਨੀਆਂ ਮਰਨ ਡੀ ਆ, ਵੀ ਜੇ ਤਗੜੇ ਨੇ ਕਰ ਲਿਆ ਤਗੜੇ ਨੂੰ ਤੇ ਹੋਊਗੀ ਪਹੁੰਚ, ਜੇ ਨਹੀਂ ਮਾੜੇ ਨੂੰ ਪਹੁੰਚ ਤਾਂ ਨਾ ਬੰਦਾ ਲਾਵੇ, ਬੰਦਾ ਅੱਗੇ ਵੀ ਤਾਂ ਟਾਈਮ ਪਾਸ ਹੁੰਦਾ ਸੀ, ਅੱਗੇ ਵੀ ਗਰਮੀ ਹੁੰਦੀ, ਪਰ ਹੁਣ ਕਹਿੰਦੇ ਗਰਮੀ ਚੱਲਦੀ ਨਹੀਂ ਜਾਂਦੀ ਸਾਡੇ ਤੋਂ, ਆਹ ਪਸੰਦ ਕਰਦੇ ਆ। ਹੁਣ ਸਾਡੇ ਗੁਆਂਢੀਆਂ ਨੇ ਵੱਡੀ ਗੱਡੀ ਲਈ ਆ ਤੇ ਆਪਾਂ ਵੇਖ ਕੇ ਵੱਡੀ ਲੈ ਲਈਏ, ਹੁਣ ਜਿੱਦੀ ਸਾਡੀ ਕਰਦਾ ਹੀ ਤੋਂ ਉਹਨਾਂ ਵੀ ਪੈਰ ਪਸਾਰਨਾ। ਹਾਂ ਉਹ ਤਾਂ ਫਿਰ ਗੱਲ ਵਾ, ਬਾਹਰ ਜਾਂਦੇ ਕਿਸ਼ਤਾਂ ਵਾਲੇ ਘਰੇ ਆਣ ਕੇ ਬੈਠੇ ਰਹਿੰਦੇ, ਬੈਠੇ ਰਹਿੰਦੇ ਆ, ਆਪਣੀ ਆਪਣੀ ਸਮਝ ਵਾ, ਚਲੋ ਹੁਣ ਬੈਠੀ ਆਣ ਕੇ ਹੁਣ ਕੋ ਨਾ ਕੋ ਹੱਲ ਮੰਮੀ ਕਰੂਗੀ। ਕਿ ਲੱਗੀ ਫੋਨ ਤੇ ਆਹੋ ਵੀ ਵੇਲੀ ਹੈਗੀ ਜਾਂਦੇ ਨੇ ਆਹੋ ਆ ਗਏ ਤੂੰ, ਪਾਣੀ ਪੀਣਾ ਪਾਣੀ ਨਹੀਂ ਵਾ, ਨਹੀਂ ਪਾਣੀ ਨਹੀਂ ਪੀਣਾ, ਗਰਮੀ ਕਿੰਨੀ ਹੋਈ, ਗਰਮੀ ਅੰਦਰ ਹੀ ਬਾਹਰ ਮਰ ਗਈ, ਹਵਾ ਚੱਲਦੀ ਆ ਆਹੇ, ਪਰ ਹੁਮਸ ਜਾ ਕੇ ਉਦਾਂ ਹੀ ਲੱਗਾ ਵਾ, ਤੂੰ ਹੁਮਸ ਲੱਗਣਾ ਹੁਣ ਦਿਨ ਚਮਾਸਿਆਂ ਵਾਲੇ ਆਉਂਦੇ ਆ ਸਾਉਣ ਦੇ ਭਾਦਰਾਂ ਵਿੱਚ, ਆਹ ਚਮਾਸਿਆਂ ਦੇ ਹੁੰਦੇ ਆ ਬਹੁਤ ਗਰਮੀ, ਤੇ ਲੋਕੀ ਕਹਿ ਦਿੰਦੇ ਜੂਨ ਜੁਲਾਈ ਲੰਘ ਗਿਆ ਤੇ ਬਸ ਗਰਮੀ ਖਤਮ, ਤੇ ਗਰਮੀ ਦਾ ਸੱਚ ਇਹਨਾਂ ਦਿਨਾਂ ਚੜ ਕੇ ਜਾਂਦੀ, ਗਰਮੀ ਜਾਂਦੀ ਪੈਂਦੀ ਜੂਨ ਤੇ ਅਗਸਤ ਦੇ ਵਿੱਚ,
ਜਦੋਂ ਅਗਲੇ ਨੇ ਕੁੱਟ ਕੇ ਘੱਲਿਆ ਤਾਂ ਮੈਨੂੰ ਫੋਨ ਕਰਨ ਡਏ ਆ। ਮੈਂ ਲਾਇਆ ਸਰਪੰਚ ਨੂੰ ਫੋਨ ਉਹਨਾਂ ਨੂੰ ਉਹਨਾਂ ਨੂੰ ਇਹ ਗੱਲ ਗੱਲ ਦਾ ਨਹੀਂ ਪਤਾ। ਸਰਪੰਚ ਨੂੰ ਕਿੱਦਾਂ ਪਤਾ ਲੱਗਣਾ, ਉਹਨਾਂ ਦੇ ਸਾਹਮਣੇ ਫਿਰ ਮਾਂ ਪੁੱਤ ਮੀਸਣ ਦੇ ਚੰਗੇ ਭਾਈ ਜਾਣੇ। ਮੈਂ ਤਾਂ ਤੂੰ ਦੋਨਾਂ ਕੀਤੀ ਹੈ ਤਾਂ ਹੁਣ ਦੱਸ ਥਾਣੇ ਰਿਪੋਰਟ ਦੇਵਾਂਗੇ ਕਿੱਦਾਂ ਨਿਬੇੜਨੀ ਹੈ। ਆਉਂਦਾ ਨਹੀਂ ਥਾਣੇ ਨਾਲ ਰਿਪੋਰਟ ਦਿਓ ਨਹੀਂ, ਮੈਂ ਜਾ ਕੇ ਸਮਝਾਉਂਦਾ ਉਹਨਾਂ ਨੂੰ ਅਤੇ ਆਉਣਗੇ ਇੱਕ ਅੱਧੇ ਦਿਨ 'ਚ। ਹੁਣ ਉਹਨਾਂ ਭਜਾਉਣੇ ਨੇ ਕਿਉਂ ਹੁਣ ਮੈਂ ਇੱਥੋਂ? ਮੈਂ ਤੁਸੀਂ ਸਮਝਾ ਦਿਓ ਕਿਹੜਾ ਸਮਝਾਉਣਾ, ਤਾਂ ਮੈਂ ਅਸੀਂ ਤਾਂ ਦੂਜੇ ਤਰੀਕੇ ਨਾਲ ਸਮਝਾਉਣਾ ਇੱਥੋਂ। ਹੁਣ ਤਾਂ ਨਹੀਂ ਮੈਂ ਜਾਣਾ, ਜਿਹੜੀ ਸਿੱਧੀ ਗੱਲ ਤੁਸੀਂ ਮੈਨੂੰ ਉੱਥੇ ਛਿੱਤਰ ਖਾਣ ਨੂੰ ਭੇਜ ਦਿੰਦੇ ਜੀ, ਜਦੋਂ ਉਹ ਮੈਨੂੰ ਪੁੱਟ ਕੇ ਭੇਜਦੇ ਤੁਸੀਂ ਸੋਲਾ ਸਫਾਈ ਕਰਕੇ ਭੇਜ ਦਿੰਦੇ ਜੀ। ਨਹੀਂ ਤੂੰ ਮਰੀ, ਤੂੰ ਮਰੀ ਦਿੱਸੀ ਉਹਦੇ ਨਾਲ, ਉਹ ਦੋ ਜਾਣੇ ਮੈਂ ਗੱਲ ਸਭ ਕਰਦੇ ਕੀ ਕਰਾਂ? ਉਦੋਂ ਫੜਦੀ ਕੋਈ ਏਟੀਆ ਬਾਲਾ ਮਾਰ ਲਈ ਸਿਰ ਤੋਂ ਆਪੇ ਵੇਖ ਲੈਂਦਾ ਫਿਰ। ਮਾਂ ਨੂੰ ਉਲਟਾ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਬੰਦੇ ਦੇ ਹੱਥ ਚੁੱਕਣ ਦੀ? ਹੱਥ ਉਹ ਮੇਰੇ ਤੇ ਚੁੱਕਣ ਡਿਆ। ਵੇਖਣਾ ਕਹਿੰਦਾ ਘਰ ਤਾਂ ਕਿਉਂ ਹੈਗਾ ਉਹਦੀ ਕਾਸੇ ਦੇ ਮਰੂੜੇ ਦੇਣੇ ਲੋਕ ਬੜੇ ਹੈਗੇ ਉਹ, ਤੇ ਮੈਂ ਕਹਿੰਦੀ ਹਾਂ ਪਤਾ ਨੀ ਸੌ ਬੁੱਢੀ ਮਰੀ ਹੋਣੀ ਆ ਤੇ ਅੰਤਰੀ ਤੇ ਫੇਰ ਇਹ ਇਕੱਲੀ ਪੈਦਾ ਹੋਈ ਆ। ਇੱਥੇ ਮਾਰ ਦੀ ਲੜਾਈ ਨੂੰ ਆਉਂਦੇ ਉੱਥੇ ਤੂੰ ਗੁੰਮ ਹੋਈ ਨੀ ਜਾ ਕੇ? ਹੈ ਮੈਂ ਤਾਂ ਬਥੇਰੀ ਵਾਰ ਦਿੰਦੀ ਹਾਂ, ਉਹ ਗੱਲ ਇੱਥੇ ਚੁੱਪ ਰਹਿੰਦੀ ਆ, ਉਹ ਚੁੱਪ ਹੁੰਦੀ ਆ ਸੱਸ ਮੇਰੀ ਤਾਂ ਨਹੀਂ ਪਤਾ ਦਾ। ਉਦੋਂ ਤੁਸੀਂ ਗਏ ਮਿਸ ਨਹੀਂ ਹੈਗੀ ਤੁਹਾਡੇ ਸਾਹਮਣੇ ਕੁਛ ਬੋਲੀ ਨਹੀਂ, ਚੁੱਪ ਕੀਤੀ ਰਹੀ, ਸਿਰਫ ਖਾਣ ਦੀ ਭੁੱਖੀ ਆ। ਜਿੱਥੋਂ ਉਹਨੂੰ ਖਾਣ ਨੂੰ ਮਿਲ ਜਾਏ ਉੱਥੇ ਭਾਵੇਂ ਉਹਨੂੰ ਛਿੱਤਰ ਵੀ ਵੱਜਣ ਤਾਂ ਵੀ ਚੁੱਪ ਰਹਿਣਾ ਉਹਨੇ, ਤੇ ਜਿੱਥੋਂ ਉਹਨੇ ਕਿ ਉਹਨੂੰ ਨਾ ਕਰਤੀ ਉਹਨੂੰ ਰਾਜ ਕਰਨਾ ਮਾਂ ਪੋਤੀ ਆ, ਨਾ ਤੈਨੂੰ ਜਿਆਦਾ ਕੰਮ ਕਰਨਾ ਪੈਣਾ ਨਾ ਲੈਣ ਨਾ ਦੇਣ। ਸੋਚਿਆ ਤੇਰਾ ਨਾ ਕੱਲਾ ਕੱਲਾ ਹੈਗਾ ਵਾ, ਜਿੱਦਾਂ ਤੂੰ ਵੀ ਕਾਲੇ ਸੁਭਾਅ ਦੀ ਮੈਂ ਬਣੀ ਹੋਊਗੀ ਤੇਰੀ ਉਸੇ। ਉਹ ਤੇ ਮੇਰੇ ਵੀ ਸਿਰੇ ਨਿਕਲੇ ਘੜੀ, ਚੰਗਾ ਮੈਨੂੰ ਸੁੱਖ ਮਿਲਣ ਡਿਆ। ਨਹੀਂ ਪਤਾ ਕਾਲੀ ਸ਼ੇਰ ਨੂੰ ਸਵਾ ਸੇ ਟੱਕਰਿਆ। ਚੱਲ ਕੋਈ ਨਾ, ਟੈਨਸ਼ਨ ਨਹੀਂ, ਵੇਖੀ ਜਾਊਗੀ। ਜੇ ਤੁਸੀਂ ਅੱਗੇ ਤੇ ਖਬਰਾਂ 'ਚ ਪੜ੍ਹਦੇ ਨਾ ਪੁਰਾਣੇ ਸਹੁਰੇ ਵਾਲੇ ਕੁੜੀ ਨੂੰ ਤੇਲ ਪਾ ਕੇ ਸਾੜਤਾ ਨਾ ਗੱਲ ਨਿਬੜੀ ਆ, ਜੇ ਤੁਸੀਂ ਫੇਰ ਮੈਨੂੰ ਕਰਤਾ ਨਾ ਅਗਲੀ ਵਾਰੀ ਫਿਰ ਮੇਰੀ ਅਖਬਾਰ 'ਚ ਹੀ ਹੁਣ ਫੋਟੋ ਛਪਣੀ ਹੈ। ਇੰਨੇ ਜੋਗੇ ਨਹੀਂ ਹੈਗੇ ਉਹ, ਐਵੇਂ ਸੁਧਰ ਕਰਕੇ ਘਲੋਂਗੇ ਗੱਲ ਨਾਲ ਹੀ। ਹਰ ਵਾਰੀ ਇੱਦਾਂ ਹੀ ਕਹਿ ਦਿੰਦੇ, ਮੁੜ ਕੇ ਉਹ ਆਣ ਕੇ ਇੱਥੇ ਠੰਡੇ ਪੈ ਜਾਂਦੇ, ਉਹਨਾਂ ਨੂੰ ਵੀ ਪਤਾ ਇੱਥੇ ਆਣ ਕੇ ਮੁੜ ਕੇ ਤੁਹਾਡੇ ਸਾਹਮਣੇ ਬੋਲਦੇ ਨਹੀਂ ਕੁਛ। ਐ ਤਾਂ ਲਿਖ ਲਿਖਾ ਕਰਕੇ ਤਾਂ ਹੁਣ ਇੱਦਾਂ ਨਹੀਂ ਘਲਾਉਂਦਾ ਮੈਂ, ਸਭ ਕੁਝ ਲਿਖਾਉਂ ਯਾਰ ਤੂੰ। ਕੀ ਪਤਾ ਕਦੋਂ ਲਿਖਾਉਣਾ, ਜਦੋਂ ਮੇਰੀ ਅੱਥੀ ਉੱਥੇ ਚੁੱਕੀ ਗਈ ਉਦੋਂ ਲਿਖਾਉਣਾ ਤੁਸੀਂ। ਅਜਾ ਛੋ ਛੋ ਬੋਲਿਆ ਕਰ, ਮੁੜ ਕੇ ਤੁਹਾਡੇ ਵਰਗੇ ਰੋਂਦਿਆਂ ਨੇ ਜਾਣਾ ਉੱਥੇ, ਜਦੋਂ ਜਿੰਦੀ ਜਾਗਦੀ ਹੈ ਤੇ ਉਦੋਂ ਤੁਸੀਂ ਕੋਈ ਫੈਸਲਾ ਨਹੀਂ ਕਰਦੇ। ਲੜੀ ਜਾਣਾ ਹੁਣ ਮੈਂ ਤਾਂ ਉਦੋਂ ਐ ਦੂਰ ਉੱਥੇ ਖਾ ਲਾਂ ਤਾਂ ਨੌਤ ਨਹੀਂ ਹੋਣੀ ਅੱਗੇ। ਬੁਖਾਰ ਦੀ ਹੈ ਭਰਾਵਾ, ਉਹ ਮੇਰੀ ਚੱਲਣ ਨਹੀਂ ਦਿੰਦੇ ਮਾਂ ਪੁੱਤ ਉੱਥੇ। ਨਹੀਂ ਸ਼ਿੱਤਾ ਜਿਹਦਾ ਫੋਨ ਹੱਥ ਹੀ ਫੜਿਆ ਤੇ ਇਹ ਮਰਦੀ ਉਹ ਕੱਲ ਫੋਨ ਲਾਉਂਦੀ ਹੋ, ਮੈਂ ਲਾਉਂਦਾ ਚਾਰ ਵਾਰ ਉਹਨੂੰ ਬੰਦੇ ਬਣਾ ਦਿੰਦਾ ਉਹੀ। ਮੌਕਾ ਦਿੱਤਾ ਮੈਂ ਅੱਜ ਉਹਨਾਂ ਕੋਲ ਮਹਾਂ ਛੁੱਟ ਕੇ ਭੱਜੀ ਆ, ਨਾ ਭੱਜਦੀ ਤੇ ਫੋਨ ਲਾਉਣ ਜੋਗੇ ਉਹਨਾਂ ਨੇ ਮੈਨੂੰ ਛੱਡਣਾ ਹੀ ਨਹੀਂ, ਉੱਦਾਂ ਹੀ ਮਾਰ ਛੱਡਣਾ ਹੀ ਉਹਨਾਂ ਨੇ। ਚੱਲ ਕੋਈ ਨਹੀਂ ਫਿਰ, ਠੰਡੀ ਰਹਿ ਹੁਣ ਇੱਥੇ ਇਹਨਾਂ ਨਾਲ ਨਾ ਗਲਾ ਕਰਦੀ ਸੀ ਭਜਾਈ ਆਪਣੀਆਂ ਨਾਲ। ਮੈਂ ਇਹਨਾਂ ਨੂੰ ਕੀ ਕਹਿਣ ਨਹੀਂ, ਮੈਂ ਤਾਂ ਕੁਛ ਕਿਹਾ ਨਹੀਂ। ਕਿੱਥੇ ਆ? ਰਾਜਿੰਦਰ ਘਰੇ ਅੰਦਰ। ਅੱਛਾ ਮਨਜੀਤ ਬਾਹਰ ਨਹੀਂ ਦਿਖੀ, ਕਹੀ ਕਿਤੇ ਵਾਸ਼ਰੂਮ ਗਏ ਹੋਣੀ ਹੋਰ ਇਹਨਾਂ ਕਿੱਥੇ ਜਾਣਾ? ਚੱਲ ਕੋਈ ਨਹੀਂ ਫਿਰ ਨਾ। ਤੁਸੀਂ ਵੀ ਝਾਵੀ ਲਾਉਂਦੇ ਰਹਿੰਦੇ ਆ, ਮੈਂ ਕੀ ਕਹਿਣਾ ਤੇਰੇ ਤੋਂ ਭੈਣਾ, ਹਾਸਾ ਸੀ ਕੰਪਲੀ, ਮੈਂ ਢਿੱਡ ਦੁਖਣ ਲੱਗ ਗਿਆ ਹਾਸਾ ਸੀ ਕਿ ਤਾਰੇ ਮੇਰੀ ਗੱਲ ਸੁਣੋ, ਹੱਥ ਹੱਸੀ ਜਾਂਦੀ ਆ ਛਡਾਈਆਂ ਵਾਂਗੂ। ਭਾਜੀ ਨੂੰ ਤੁਸੀਂ ਥੋੜਾ ਸਮਝਾਉਣਾ ਸੀ ਨਾ, ਭਾਜੀ ਬੜੇ ਗਰਮ ਹੋਏ ਫਿਰਦੇ ਆ। ਤੇ ਗਰਮ ਹੋਣਾ ਨਹੀਂ ਦੱਸ,
ਗਰਮੀ ਲੱਗੀ ਕਿਤੇ ਤੇਰਾ ਵੀ ਕੱਖ ਹਾਲ ਨੀ ਆ ਬਹਿੰਦੀ ਹਾਂ। ਰੋਟੀ ਪਾਣੀ ਤੂੰ ਨੀ ਕਰਨਾ, ਕੋਈ ਕੰਮ ਤੂੰ ਨੀ ਕਰਨਾ, ਰੋਟੀ ਪਾਣੀ ਖਾ ਕੇ ਲੰਮੇ ਪੈ ਮਨ ਤੇ ਉਹ ਵੀਰ ਨੀ ਦੱਸਣ ਡਿਆ, ਕਦੇ ਨੀ ਸੁਣੀ ਆਂਢ ਗੁਆਂਢ ਚ ਪਤਾ ਲੱਗ ਗਿਆ ਇਹਨਾਂ ਦੀ ਕੁੜੀ ਕੁੱਟ ਖਾ ਗਿਆ ਤੇ ਕਿੰਨੀ ਬੇਇੱਜ਼ਤੀ ਹੁੰਦੀ ਹੈ। ਕੋਈ ਗੱਲ ਨੀ, ਆਂਢ ਗੁਆਂਢ ਸਭ ਦੇ ਇਦਾਂ ਹੀ ਹੁੰਦਾ ਵਾ, ਇੰਨੀ ਟੈਨਸ਼ਨ ਨੀ ਲਈ ਹੁੰਦੀ। ਸੁੱਖ ਕਿਹੜਾ ਘਰ ਵਾ ਜਿੱਥੇ ਲੜਾਈਆਂ ਝਗੜੇ ਨੀ ਹੁੰਦੇ, ਕੋਈ ਗੱਲਬਾਤ ਨੀ ਹੁੰਦੀ, ਚਾਹਦੇ ਕੰਨੀਆਂ ਲਿਬੜੀਆਂ ਹੁੰਦੀਆਂ, ਬਸ ਇੱਕ ਆਦਤ ਵਾ ਇੱਕ ਦੂਜੇ ਨੂੰ ਸਾਨੂੰ ਗੱਲ ਕਰਨ ਦੀ, ਆਪਾਂ ਗੱਲ ਕਰਨਾ ਟਲਦੇ ਨੀ। ਜਦੋਂ ਕਿਸੇ ਦੀ ਕੁੜੀ ਰੁੱਸ ਕੇ ਆ ਜਾਂਦੀ ਨਾ, ਆਪਾਂ ਕੰਧੇ ਕੋਠੇ ਟੱਪ ਟੱਪ ਕੇ ਵਹਿੰਦੇ ਹਾਂ ਵੀ ਇਹਦੀ ਕੁੜੀ ਰੁੱਸ ਕੇ ਆ ਗਈ, ਇਹ ਕੋਈ ਪਤਾ ਨੀ ਕਿਹਦੇ ਤੇ ਇਹ ਵੇਲਾ ਆ ਜਾਣਾ ਹੁੰਦਾ। ਖਲਾਰਾ ਤੇ ਮੇਰਾ ਹੀ ਪੈਂਦਾ ਭਾਬੀ, ਲੋਕਾਂ ਦੇ ਸਭ ਦੇ ਢੱਕਣ ਢੱਕੇ ਰਹਿ ਜਾਂਦੇ ਆ। ਨੀ ਇਹ ਗੁੱਜੇ ਗੁੱਜੇ ਸਾਰਿਆਂ ਦੇ ਹੁੰਦੇ ਆ, ਉਹ ਗੱਲ ਵੱਖਰੀ ਆ, ਕਿਸੇ ਦਾ ਪਤਾ ਲੱਗ ਜਾਂਦਾ ਤੇ ਕਿਸੇ ਦਾ ਪਤਾ ਨੀ ਲੱਗਦਾ, ਕਿਸੇ ਦਾ ਰੌਲਾ ਪੈ ਜਾਂਦਾ ਕਿੱਦਾਂ ਰਹਿ ਜਾਂਦਾ। ਕੋਈ ਨਾ ਤੂੰ ਨਾ ਟੈਨਸ਼ਨ ਲਿਆ ਕਰ, ਹੁਣ ਜਦੋਂ ਆਉਣਾ ਵਾ ਭਾਜੀ ਕਹਿੰਦਾ ਮੈਂ ਆਪੀ ਗੱਲ ਕਰਕੇ ਭੇਜੂ ਨਾ ਤੇ ਫਿਰ ਆਪੀ ਗੱਲ ਕਰਨ ਗਈ ਨਾ। ਭਾਬੀ ਮੇਰਾ ਰੌਲਾ ਤਾਂ ਕੁਛ ਜ਼ਿਆਦਾ ਹੀ ਨੀ ਪੈਂਦਾ, ਤੇ ਤੂੰ ਉਹ ਆਪੇ ਉਹਨਾਂ ਦਾ ਮੂੰਹ ਪਵਾਇਆ ਵਾ, ਤੂੰ ਚੱਜਦੀ ਹੁੰਦੀ ਉਦੋਂ ਤੂੰ ਵੀ ਬੁੱਕਲਾਂ ਚ ਖੜਦੀ ਹੁੰਦੀ, ਉਦੋਂ ਅਸੀਂ ਚੰਗੇ ਹੁੰਦੇ ਸੀ, ਜਦੋਂ ਹੁਣ ਉਹ ਖਾਣੋਂ ਹਟ ਗਈ ਹੁਣ ਉਹਨਾਂ ਦਾ ਰੌਲਾ ਆਪੇ ਪੈਣਾ, ਹੁਣ ਉਹ ਪੈਲੀ ਦੇ ਦੁਆਲੇ ਹੋ ਗਏ, ਹੁਣ ਉਹਨਾਂ ਦੀ ਆਖੀ ਪੈਣੀ ਤੇ ਆ। ਬੜਾ ਉਦੋਂ ਸੁੱਖ ਨੂੰ ਸਮਝਾਈਦਾ ਸੀ, ਉਦੋਂ ਇਹ ਮੇਰੇ ਨਾਲ ਵੀ ਲੜ ਪੈ ਸੀ ਤੁਹਾਡੇ ਸਾਹਮਣੇ। ਮੈਨੂੰ ਕੀ ਪਤਾ ਸੀ, ਮੈਂ ਤੇ ਉਹਨਾਂ ਦੇ ਫਾਇਦਾ ਸੋਚਦੀ ਰਹੀ। ਤੁਹਾਨੂੰ ਦੱਸਿਆ ਮੇਰੀ ਸੱਸ ਮਿੱਠੀ ਛੁਰੀ ਆ, ਉਹਨੇ ਮਤਲਬ ਵੇਲੇ ਬਹੁਤ ਜ਼ਿਆਦਾ ਮਿੱਠੀ ਨਹੀਂ, ਮੈਨੂੰ ਉਹਦੀਆਂ ਗੱਲਾਂ ਦਾ ਭੇਤ ਨਾ ਆਇਆ। ਫਾਇਦਾ ਤਾਂ ਤੂੰ ਉਹਨਾਂ ਦਾ ਸੋਚਦੀ ਰਹੀ, ਸਾਡੇ ਨਾਲ ਤੂੰ ਤਾਂ ਲੜਦੀ ਰਹੀ ਵੀ ਫਟਾਫਟ ਵੀ ਇਹ ਵਰਤਦੇ ਖਰਚਦੇ ਆ, ਮੈਂ ਵੀ ਫਟਾਫਟ ਲੈ ਗਿਆ। ਇਹਨਾਂ ਨੇ ਪਤਾ ਤੇਰੀ ਕਦਰ ਹੀ ਘਟਣ ਡੀ ਦਿਨੋ ਦਿਨ, ਤੇ ਮੇਰੇ ਦਿਮਾਗ ਚ ਗੱਲਾਂ ਵੀ ਤੇ ਮੇਰੀ ਸੱਸ ਹੀ ਪਾਉਂਦੀ, ਤੇਰੀਆਂ ਭਾਬੀਆਂ ਉੱਥੇ ਐਸ਼ਾ ਲੈਣੀਆਂ, ਤੇਰੀਆਂ ਭਾਬੀਆਂ ਇੱਦਾਂ ਕਰਨ ਡੀਆਂ। ਤੂੰ ਅੱਗੇ ਸਿਆਣੀ ਹੁੰਦੀ ਨਾ ਤੇ ਕਹਿੰਦੀ ਵੀ ਮੇਰੇ ਭਰਾ ਕਮਾਉਂਦੀ ਆ, ਉਹਦੀ ਐਸ਼ਾ ਕਰਦੀ ਆ, ਮੈਂ ਇਹਨੂੰ ਕਹਿਣਾ ਜੋ ਤੂੰ ਵੀ ਕੰਮ ਕਰਦਾ ਅਸੀਂ ਵੀ ਐਸ਼ ਲਈਏ। ਲੋਕਾਂ ਨੇ ਸਾਨੂੰ ਥੋੜੀ ਲੈਣੀ ਹੋਈ, ਜਾਂ ਉਹਨਾਂ ਨੇ ਪੇਕੇ ਪਿੱਛੋਂ ਐਸ਼ਾ ਕਰਵਾਉਂਦੇ। ਹਾਂ ਗੱਲ ਕਹਿੰਦੇ ਉਹਨੇ ਵਲ ਪਾ ਕੇ ਤੇ ਕਈ ਜੇ ਕਈ ਹੋਰ ਗੱਲਾਂ ਦੇ ਵਿੱਚ ਲੈ ਆਉਣਾ ਸੀ, ਤੁਹਾਨੂੰ ਨੀ ਪਤਾ ਮੈਂ ਰਹਿੰਦੀ ਉਹਦੇ ਨਾਲ, ਮੈਨੂੰ ਸਾਰਾ ਪਤਾ ਉਹਦਾ। ਚੱਲ ਸੁੱਖ ਸਾਰੀਆਂ ਗੱਲਾਂ ਰਹਿਣ ਦੇ, ਹੁਣ ਮੈਨੂੰ ਇਹ ਦੱਸ ਕੀ ਸੋਚਿਆ ਤੂੰ ਆਪਣੇ ਬਾਰੇ। ਮੈਂ ਕੀ ਸੋਚਣਾ, ਮੈਂ ਤੇ ਹੁਣ ਗੱਲ ਮੰਮੀ ਦੇ ਤੇ ਰਘਵੀਰ ਵੀਰ ਦੇ ਸਿਰ ਤੇ ਸੁੱਟਤੀ ਹੈ, ਜੋ ਕਰਨਗੇ ਆਪੇ ਵੇਖੀ ਜਾਊਗੀ। ਹੁਣ ਪਰ ਦੀਦੀ ਭਾਜੀ ਨੂੰ ਕੁਛ ਠੰਡੇ ਸਵਾ ਨਾਲ ਗੱਲ ਕਰਿਓ, ਕੁੱਟਾ ਮਾਰਾਂਗੇ ਐਵੇਂ ਠਾਣੇ ਠਾਣੇ ਹੋਵਾਂਗੇ, ਪਰਚੋ ਪਰਚੀ ਫਿਰ ਬੰਦਾ ਚੰਗਾ ਨੀ ਲੱਗਦਾ। ਨਹੀਂ ਫਿਰ ਏਦਾਂ ਹੁਣ ਇਹਨਾਂ ਨੂੰ ਸਮਝਾਉਂਦੇ ਆ, ਆਪੇ ਬਹਿ ਕੇ ਗੱਲ ਕਰ ਲੈਣ ਜਾਓ, ਇੱਥੇ ਆ ਜਾਣ ਜਾਏ ਤੇ ਬਹਿ ਕੇ ਅੱਗੇ ਵੀ ਤੇ ਗੱਲ ਕੀਤੀ ਸੀ, ਅੱਗੇ ਵੀ ਬਹਿ ਕੇ ਗੱਲ ਕਰਕੇ ਨਿਬੇੜ ਕੇ ਭੇਜਤਾ ਮੈਨੂੰ। ਪਰ ਜਿਹੜੀ ਉਹ ਪੈੜੀ ਦੀ ਗੱਲ ਕਰਦੇ ਆ ਨਾ, ਉਹਨਾਂ ਨੂੰ ਸਿੱਧਾ ਸਿੱਧਾ ਇਹ ਕਹਿੰਦੇ ਵੀ ਪੈੜੀ ਤਾਂ ਸਾਡੇ ਨਾਲ ਲੱਗ ਗਈ ਆ, ਨਾਲੇ ਕੌਣ ਪੈੜੀਆਂ ਖੜਦਾ ਹੁਣ ਕਿ ਮੇਨ ਵਰਤਨ ਛੱਡਣਾ ਵਾ। ਦੱਸ ਤੂੰ ਤੇ ਮਰ ਮੁੱਕ ਜਾਣਾ, ਤੇਰੀ ਸੱਸ ਨੂੰ ਇਹ ਗੱਲ ਕਹਾਂਗੇ ਨਾ ਤੇ ਕੁੜੀ ਸਾਡੀ ਨੂੰ ਕੌਣ ਮਿਲੂਗਾ। ਕਹਿੰਦਾ ਜੀਦੀ ਜੀ ਵੀ ਆਪਣੇ ਪੇਕੇ ਛੱਡ ਕੇ ਬਹਿ ਜਾ ਪੁੱਛੇ ਲੱਗ ਕੇ, ਉਹਦੇ ਕੋਲੋਂ ਗੱਲਾਂ ਦੇ ਕੜਾ, ਉਹਨੇ ਬਥੇਰਾ ਗੱਲ ਨਾਲ ਭਰਾ ਵਾਧੂ ਇੱਧਰੋਂ ਆ ਜਾਂਦਾ ਉੱਧਰੋਂ, ਆਪ ਤੋਂ ਤਾਂ ਪੇਕਾ ਨੂੰ ਕੋਈ ਮਿਲਦਾ ਨੀ ਹੈ ਤੇ ਮੇਰੇ ਮਿਲਦੇ ਮਿਲਦੇ ਛਡਾਉਣ ਡਈ ਹੈ। ਪੁੱਤ ਮੇਰੀ ਗੱਲ ਸੁਣ, ਭੈਣ ਭਰਾ ਮਿਲਦੇ ਗਿਲਦੇ ਚੰਗੇ ਲੱਗਦੇ ਆ, ਕੱਲ੍ਹ ਨੂੰ ਸਾਡੇ ਵੀ ਨਿਆਣੇ ਹੋਣੇ ਆ, ਉਹਨਾਂ ਨੇ ਵੀ ਕਹਿਣਾ ਵਾ ਵੀ ਭੂਆ ਪੈਲੀ ਲੈ ਗਈ, ਕੱਲ੍ਹ ਨੂੰ ਉਹਨਾਂ ਨੇ ਪੁੱਛਣਾ ਸਾਡੀ ਭੂਆ ਕਿੱਥੇ ਆ, ਫਿਰ ਅਸੀਂ ਤੇ ਗੁੱਸੇ ਨਾਲ ਨੀ ਮਿਲਣਾ। ਭਰਾ ਵੀ ਫਿਰ ਮੁੜ ਕੇ ਪਿੱਛੇ ਹਟ ਜਾਂਦੇ ਹੁੰਦੇ ਆ ਜਦੋਂ ਭੈਣਾਂ ਪੈਲੀਆਂ ਲੈ ਜਾਣ, ਤੁਹਾਨੂੰ ਹੱਥਾਂ ਦਾ ਦਿੱਤਾ ਦੇਣਾ ਆ
ਸਾਡੀ ਜਿਹੜੀ ਉਹ ਬਣਦੀ ਪੈੜੀ ਆ। ਹੁਣ ਮੈਂ ਆਪਣੇ ਪੇਕਿਆਂ ਤੋਂ ਲਿਆਉਂਦੀ ਚੰਗੀ ਲੱਗਦੀ ਆ, ਮੇਰੀ ਤੇ ਹੁਣ ਇੱਥੇ ਹੀ ਆ ਨਾ ਸਾਰਾ ਕੁਝ। ਬੈਠੇ ਮੰਮੀ? ਹਾਂ ਬਹੁ ਬੈਠੇ ਆ। ਵਧੀਆ। ਹੁਣ ਫਿਰ ਕਿੱਦਾਂ ਕਰਨਾ ਵਾ, ਇਹੋ ਸੋਚਣ ਡਈ। ਸੋਚਣਾ ਕੀ ਆ, ਸਰਪੰਚ ਨਾਲ ਮੈਂ ਕਰ ਲਈਏ ਗੱਲ ਉਹਨਾਂ ਦੇ ਨਾਲ, ਤੇ ਉਹਦਾ ਕੋਈ ਨੀ ਮੈਂ ਸਮਝਾਉਂਦਾ, ਤੇ ਇੱਕ ਦੇ ਦਿਨ ਜਾਣਗੇ ਉਹ। ਅੱਛਾ, ਤੇ ਤੁਸੀਂ ਉਹਦਾ ਕੋਈ ਜ਼ਿਆਦਾ ਕਿਉਂ ਨਾ ਕੁੱਟਿਓ ਕੱਟਿਓ ਨਾ ਉਹਨੂੰ। ਮੈਂ ਕੁੱਟਿਓ ਕਿਉਂ ਨਾ, ਉਹ ਤਾਂ ਮੈਂ ਫਿਰ ਬਣਾਊ ਮੋਰ ਚੰਗੀ ਰੀਝ ਨਾਲ। ਮੈਂ ਨਹੀਂ ਆ, ਚੱਲ ਫਿਰ ਵੀ ਧੀਆਂ ਵਾਲੇ ਆ। ਬਛੇਤਰ ਖਾ ਜਾਈ ਉਹਨਾਂ ਕੋਲ। ਮੇਰਾ ਮਤਲਬ ਚੱਲ ਹੱਥੀਂ ਪੈਣਾ ਪੁੱਤ ਨਹੀਂ ਚੰਗਾ ਹੁੰਦਾ, ਫਿਰ ਵੀ ਧੀ ਆ ਸਾਡੀ, ਫਿਰ ਵੀ ਜਾਣਾ ਸਾਰੀ ਉਮਰ ਦਾ ਸਾਖ ਹੀ। ਨਹੀਂ ਤੇ ਧੀ ਆ, ਤੈਨੂੰ ਕਟਾ ਕਟਾਉਣ ਦਾ ਠੇਕਾ ਲੈ ਰਿਹਾ ਸੀ ਉਹਨੂੰ, ਤੇ ਜਿਹੜਾ ਆਇਆ ਉਹਨੂੰ ਕੁੱਟ ਕੇ ਗਾਂ ਆਵੇ ਕੋਈ ਕੁੜੀ ਵਾਲੇ। ਤੇ ਜਾਂ ਫਿਰ ਇੱਦਾਂ ਕਰੀਏ ਪੁਲਿਸ ਰਿਪੋਰਟ ਦੇਈਏ। ਕੁਝ ਵੀ ਨਾ, ਉਹਦਾ ਤਾਂ ਵੇਹ ਨਹੀਂ ਸਕਦਾ, ਮਾਨ ਕੇ ਸਰਪੰਚਾਂ ਦਾ ਮੈਂ ਕੋਸ਼ਿਸ਼ ਕਰੂੰਗਾ ਨਾਲ ਆਵਾਂ। ਮੈਂ ਨਾਲ ਆ ਜਾਵਾਂਗਾ ਤਾਂ ਚੰਗਾ ਰਹੂਗਾ, ਇਹ ਬਾਜੂਗਾ। ਤੇ ਜੇ ਨਾ ਆਇਆ ਫਿਰ ਤਾਂ ਮੈਂ ਮਾਂ ਪੁੱਤ ਦੀ ਸਰਵਿਸ ਨੂੰ ਰੀਝ ਨਾਲ। ਮੈਂ ਤਾਂ ਕਹਿੰਦੀ ਹਾਂ ਸਰਵਿਸ ਕਰਨ ਵਾਲੇ ਨੂੰ ਪੁਲਿਸ 'ਚ ਰਿਪੋਰਟ ਕਰੀਏ। ਕੋਈ ਨਹੀਂ, ਉਹਨੂੰ ਪੁਲਿਸ 'ਚ ਕਰਦਾ ਪਰਚਾ ਦਾਜ ਦਾ। ਪਰਚਾ ਪੁਰਚਾ ਕੀ ਦੇਣਾ ਵਾ, ਫਿਰ ਕੀ ਕਰ, 25 ਬੰਦੇ ਬਣਾ ਲਾਂਗੇ ਇਹਨਾਂ ਨੂੰ। ਪਰ ਬੜਾ ਇਹਨਾਂ ਨੇ ਸਾਨੂੰ ਸਤਾਇਆ। ਇਹ ਵੀ ਮੰਮੀ ਬੰਦਿਆਂ ਵਾਲਾ ਕੰਮ ਥੋੜ੍ਹੀ, ਜਦੋਂ ਜੀ ਕਿਤੇ ਕੁੜੀ ਨੂੰ ਕੁੱਟਣ ਲੱਗ ਪਏ। ਹਾਂ ਵੀ ਕਿੱਥੇ ਤੱਕ ਕੰਮ ਹੋਇਆ, ਅਸੀਂ ਤਾਂ ਦਿੰਦੇ ਕੰਮ ਕਰਨ ਨੂੰ, ਤੁਹਾਡਾ ਜੀ ਨਹੀਂ ਕਰਦਾ, ਤੁਹਾਡਾ ਹੀ ਠੇਕਾ ਲੈ ਲਿਆ ਹੁਣ। 24 ਘੰਟੇ ਤੇ ਇਹ ਮੈਂ ਤੈਨੂੰ ਆਖਿਆ ਜਿਹੜੀ ਗੱਲ ਵੀ ਪਿਆਲੀ ਨੂੰ ਪੈਣ ਰਹੀ ਆ, ਉਹ ਗੱਲ ਹੈ ਕਿ ਨਹੀਂ ਮੇਰੀ ਸੱਚੀ? ਉਹਨੇ ਪਿਆਲੀ ਦਾ ਨਿਬੇੜ ਤਾਂ ਪ੍ਰੋਵਾਈਡ ਕਰਤਾ ਸਾਰਾ ਕੁਝ, ਉਹ ਆਊਗਾ ਕੱਲ੍ਹ ਨੂੰ ਤੁਹਾਡੇ ਸ਼ਾਮ ਕਰਾ ਕੇ ਲੈ ਜਾਊਗਾ। ਪਰ ਇਹਦਾ ਮਨ ਵਾ ਵੀ ਸੱਸ ਦਾ ਵੀ ਚੱਲ ਪਿਆਲੀ ਦੋ ਕੇ ਲਿਆ ਗਈ, ਉਹ ਤੇ ਦੇਣੀ ਨਹੀਂ ਅਸੀਂ ਕਦੀ। ਉਹ ਉਹਨੇ ਭੁੱਲ ਜਾ ਪਿਆਲੀ ਪੂਰੀ, ਇਸੇ ਪੈਣ ਉਹ ਇਹਦੇ ਭਰਾ ਹੀ ਜਿਹਨਾਂ ਦੇਤੀ ਇਹਨੂੰ। ਨਹੀਂ ਪਿਆਲੀ ਕੋ ਦੇਣੀ ਆ, ਆਵਾਂ ਕਿੱਥੇ ਨਾਲੇ, ਪਿਆਲੀ ਨੂੰ ਦੇ ਦੇਤੀ ਵਾੜ ਕੇ ਦੋ ਥਾਂ ਨਾ ਕਰ ਦਾਂਗੇ ਇਹਨੂੰ। ਬਸ ਇਹਨੂੰ ਇਹੋ ਹੀ ਲੱਛਣ ਲੱਭਦੇ ਵੀ ਪਿਆਲੀ ਆ ਗਈ, ਇਹਨੂੰ ਆ ਰਿਹਾ ਜਿਹੜਾ ਦੀ ਤਸੱਲੀ ਉਹ ਕਰਾਉਣੀ ਹੈ ਜਿਹੜੀ ਹੁਣ ਕਰਾਈ ਨਾ ਹੋਈ ਜਿਹੜੀ ਇਹ ਇੰਨੀ ਵਿਕਰੀ ਜ਼ਿਆਦਾ। ਮੈਂ ਤਾਂ ਵਿਚੋਲੇ ਨੂੰ ਫੋਨ ਲਾਇਆ। ਹਾਂ ਮੈਂ, ਤੂੰ ਵੀ ਨਾਲ ਹੀ ਐਵੇਂ। ਆਹੋ ਨਹੀਂ ਭਾਜੀ ਮੇਰਾ ਕੀ ਕਸੂਰ, ਮੈਂ ਕੁਆਰੀ ਜੜੀ ਤੂੰ। ਹਾਂ ਤੂੰ ਦੱਸਿਆ ਨਹੀਂ ਵੀ ਇੱਦਾਂ ਦੀ ਬਲਾ, ਉਦੋਂ ਕੰਜਰਾ ਮੈਂ ਤੂੰ ਆਖੀ ਜਾਣਾ ਮਾਂ ਪੁੱਤ ਨਾਲ ਦੇ ਬੰਦੇ ਕੋਈ, ਮੈਂ ਵਾਕਿਆ ਬੰਦੇ ਨੇ ਤਾਂ ਏਡੇ ਕੰਜਰ ਨਿਕਲੇ ਦੋਵੇਂ, ਇੰਨੀ ਘਟੀਆ ਜਨਾਨੀ ਆ ਘਟੀਆ, ਉਹਨੂੰ ਪਤਾ ਹੀ ਨਹੀਂ ਵੀ ਮੇਰੀ ਕੋਈ ਰਿਸ਼ਤੇਦਾਰੀ ਆ ਜਾਂ ਕਿੱਦਾਂ ਨਿਭਾਉਣਾ ਵਾ, ਸੱਤਾਂ ਪੀੜੀਆਂ ਦਾ ਸਾਕ ਹੈ। ਮੈਂ ਨਾ ਮੁੰਡਾ ਕੋਈ ਕੰਮ ਕਰਦਾ ਨਾ ਧੰਦਾ ਕਰਦਾ, ਕੋਈ ਮੈਂ ਕਿੱਥੋਂ ਸਾਡੇ ਕਰਮਾਂ 'ਚ ਰੱਖੇ ਇਹ ਕਾਲੇ ਮੂੰਹ ਵਾਲੇ, ਹੱਥ ਕਰ ਛੱਡੀ ਮੈਂ ਇਹਨਾਂ ਨੇ। ਹੋਰ ਕੀ ਆ, ਇੱਕ ਧੀ ਤੇ ਉਹ ਵੀ ਡੋਬਤੀ, ਪਰ ਜੇ ਅਸੀਂ ਐਤਾਂ ਕੱਚੇ ਰਹਿ ਗਏ ਨਾ, ਇਹਨਾਂ ਆਖਣਾ ਮਗਰ ਹੈ ਨਹੀਂ ਕੋਈ ਜੀ। ਨਹੀਂ ਨਹੀਂ ਕੱਚੇ ਬੁਲਾਣੇ ਅਰਗਾ ਪੂਰੀ ਤਸੱਲੀ ਕਰਾ ਕੇ ਵੇਟ ਕਰਾਉਂਦੇ ਆ, ਮਾਂ ਪੁੱਤ ਕਿਤੇ ਆ ਜਾਂਦੇ ਫਿਰ ਉਹ ਤਸੱਲੀ ਇਹਨਾਂ ਦੀ ਕਰਾਈ ਜਾਏ, ਇਹਨਾਂ ਨੂੰ ਲੱਗ ਪਤਾ ਜਾਏ ਵੀ ਮਗਰ ਕੋਈ ਹੈਗਾ ਵਾ। ਕੋਈ ਨਹੀਂ ਮਤਲਬ ਜਾਣਾ ਘੜੀ ਨੂੰ ਸ਼ਹਿਰ ਨੂੰ ਦੱਸਾ ਰਹੇ ਚੱਜ ਦਾ ਹੀ ਉੱਥੋਂ। ਹਾਂ ਬੰਨ ਕੇ ਕੁੱਟਣੇ ਦੋਵੇਂ ਮਾਂ ਪੁੱਤ ਇੱਥੇ ਵੇਖੇ, ਇਹਦੇ ਮਨ 'ਚ ਇਹੋ ਜਿਹੇ ਕੁੜੀ ਦੇ 'ਚ ਵੀ ਗਾੜੀ ਕੋਈ ਨਹੀਂ ਗਾ, ਜਾਨੀ ਆ ਤੇ ਗੱਲ ਕਰਕੇ ਫਿਰ ਲੈ ਆਉਂਦੀ ਆ, ਜੇਕਰ ਕੋਈ ਹੈਗਾ ਅਸੀਂ ਤਾਂ ਸੋਚਦੇ ਹਾਂ ਵੀ ਕੁੜਮਣੀ ਆ, ਸੱਤਾਂ ਪੀੜੀਆਂ ਦਾ ਸਾਕ ਆ, ਤੇ ਜੇ ਫਿਰ ਆ ਗਏ ਵਸਾਉਂਦੇ ਤੇ ਫਿਰ ਛਿੱਤਰਾਂ ਦੇ ਨਾਲ ਵਸਾਉਂਦੀਆਂ। ਅੱਗੇ ਤਾਂ ਮੰਮੀ ਘਰ ਗੱਲ ਹੀ ਹੁਣ ਤਾਂ ਗਲੀ ਗਵਾਂਢ ਪਤਾ ਲੱਗ ਗਿਆ, ਸਭ ਲੋਕਾਂ ਨੂੰ ਪਤਾ। ਚਾਚੀ ਖੀਰੂ ਆਖਣ ਦੀ ਕੀ ਗੱਲ ਨੀ, ਆਹ ਗੱਲ ਹੋਈ ਪਾਜੀ, ਕੋਈ ਨੀ ਜਾਊਗੀ ਨਾ, ਤੁਸੀਂ ਕੱਖ ਨਾ ਕਿਉਂ, ਮੈਨੂੰ ਆਵਾਜ਼ ਮਾਰੀ ਮੈਂ ਬਣਾਉ ਬੰਦੀ ਨੂੰ ਵੇਖੀ। ਉਹ ਇਹ ਤੂੰ ਹੁਣ ਲਾਂਤਾ ਪਾਉਣੀ ਆ ਵੀ ਬਿੱਟੇ ਮੂੰਹ ਤੇਰੇ ਜੰਮਣ ਦਾ, ਤੂੰ ਇਹ ਕਿਹੜੇ ਕੰਮ ਕਰ ਫੜੇ, ਜਿਹੜਾ ਕਿ ਏਸੀ ਦੀ ਕਿਸ਼ਤ ਆ ਨਹੀਂ ਲਿਆਓ ਕਰੋ ਉੱਥੋਂ ਪੈਸੇ, ਜੇ ਬਿੱਲ ਆ ਗਿਆ ਲੈ ਉੱਥੋਂ ਪੈਸੇ, ਅਸੀਂ ਕੀ ਕਰੀਏ, ਅਸੀਂ ਠੇਕਾ ਚੁੱਕ ਲਿਆ ਸਾਰੀ ਉਮਰ ਦਾ, ਹੁਣ ਆਪਣੇ ਪੁੱਤਾਂ ਨੂੰ ਦਵਾਂ ਤੁਹਾਨੂੰ ਦੇਦਾ ਸਭ ਕੁਝ, ਜੋ ਕੰਮ ਧੰਦਾ ਕਰੋ ਰੱਬ ਨੇ ਹੱਥ ਪੈਰ ਦਿੱਤੇ ਤੁਹਾਨੂੰ। ਬਿਲਕੁਲ ਹੀ ਜ਼ਿਆਦਾ ਨਹੀਂ ਸ਼ਰਮ ਲਈ ਆ ਲਾ। ਚੱਲ ਕੋਈ ਨਹੀਂ, ਹੋਰ ਜੇ ਮੈਂ ਕਿਤੇ ਘਰ ਨਾ ਹੋਵਾਂ ਮੇਰੇ ਮਗਰੋਂ ਕਿਤੇ ਆ ਜਾਣ, ਫੋਨ ਲਾ ਦੇ ਮੈਨੂੰ ਉਸੇ ਵੇਲੇ, ਤੇ ਨਾਲ ਹੀ ਚਾਚੀ ਸ਼ੀਰੂ ਨੂੰ ਸੱਦ ਲਈ। ਠੀਕ ਆ, ਚਾਚੀ ਸ਼ੀਰੂ ਆਂਦੀ ਤੁਸੀਂ ਨਾ ਪੁੱਛੋ ਕੋਈ, ਮੈਂ ਜਾਣਾ ਮੇਰਾ ਕੰਮ ਜਾਣੀ। ਆ ਤਾਂ ਹੁਣ ਵਿੱਚ ਵਿੱਚ ਨਹੀਂ ਕਰਨਾ, ਵਿੱਚ ਵਿੱਚ ਵਾਲਾ ਨਹੀਂ ਕਹਾਣੀ ਖੜੇ ਮੈਨੂੰ। ਹਾਂ ਉਹਦਾ ਜਵਾਈ ਵੀ ਇੱਦਾਂ ਹੀ ਕਰਦਾ ਸੀ ਨਾ। ਬਿਲਕੁਲ ਹਾਂ, ਹਾਂਜੀ ਇਹ ਬਣਾਇਆ ਕਹਿੰਦੇ ਬੰਦਾ ਕੰਨ ਨਹੀਂ ਪੈਣ ਦੁਖਦਾ, ਇਹੋ ਜਿਹਾ ਵੀ ਛਿੱਤਰਾਂ ਦੇ ਨਾਲ ਜਦੋਂ ਜਵਾਬ ਦਿੱਤਾ ਤੇ ਚੱਲਣਾ ਬੜੀ ਸਿੱਧੀ ਆ, ਬਸ ਆਂਦੇ ਚੱਲ ਕੁੜਮਾਂ ਦਾ ਸਾਕ ਆ, ਮੁੜ ਕੇ ਆਵੇ ਜਾਵੇ ਕਿ ਸਾਨੂੰ ਚੰਗੀ ਨਹੀਂ ਮੁੜ ਕੇ ਲੱਗਣੀ। ਆ ਜਿਹੜੀ ਕਹਿੰਦੇ ਮੇਰੇ ਗੋਡੇ ਦੁਖਦੇ ਮੇਰੇ ਮੋਢੇ ਦੁਖਦੇ, ਇਹ ਸਾਰੇ ਸੈੱਟ ਹੋਏ ਨੇ ਫਿਰ ਮੋਢੇ ਤੇ, ਵੇਖੀ ਸਵਾਦ ਦੀ ਕਿਹੜੇ ਰੋਹਾਂ ਮੈਨੂੰ ਆ ਲੈਂਦੇ ਜਰਾ, ਹੁਣ ਇਹਨੂੰ ਪਤਾ ਫਿਰ ਲੱਗ ਜੂਗਾ ਰਿਸ਼ਤਾ ਰਵੇ ਜਾਂ ਨਾ ਰਵੇ, ਵੀ ਵੇਲਾ ਫਿਰ ਛਿੱਤਰਾਂ ਦੇ ਨਾਲ ਵਸਾਈ ਆ ਕੋਈ ਹੈਗਾ, ਮਗਰ ਇਹਨੇ ਤੇ ਸ਼ਰਮ ਲਾ ਲਈ, ਇਹਨੇ ਤੇ ਛਦਾਈ ਨਾ ਤਾਂ ਸਾਨੂੰ, ਇੱਧਰੋਂ ਆਈ ਤੇ ਲੈ ਆਓ ਪਿਆ, ਇਹ ਇੱਧਰੋਂ ਆਈ ਤੇ ਲੈ ਆਓ, ਸਾਡੇ ਘਰ ਸਟੇਟ ਬੈਂਕ ਆ,